ਮੈਂ ਸੀਐਮ ਨੂੰ ਕਦੇ ਵੀ ਨਹੀਂ ਮਿਲ ਜਾਂਗਾ ਸੱਸੀ ਗੱਲ ਤੋਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਮੈਂ ਪ੍ਰਾਕ ਸਿੰਘ ਇੱਕ ਇਤਿਹਾਸਿਕ ਜਿੱਤ ਹਾਸਿਲ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਮੈਂ ਜਿਨ੍ਹਾਂ ਨਾਲ ਤੁਹਾਨੂੰ ਮਿਲਵਾਣ ਜਾ ਰਿਹਾ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਹੀ ਪ੍ਰੈਡਿਕਟ ਕਰਤਾ ਸੀ ਕਿ ਭਗਵੰਤ ਮਾਨ ਜ਼ਰੂਰ ਰਾਜਨੀਤੀ 'ਚ ਬਹੁਤ ਕੁਝ ਵੱਡਾ ਕਰਨਗੇ ਮੇਰੇ ਨਾਲ ਨੇ ਕਰਮਜੀਤ ਅਨਮੋਲ ਜੀ ਸੱਸੀ ਗੱਲ ਭਾਜੀ ਕਿ ਸੱਸੀ ਗੱਲ ਵੀ ਸੱਸੀ ਗੱਲ ਜਦੋਂ ਗਏ ਸੀ ਐਮ ਸਾਹਿਬ ਨੂੰ ਮਿਲਣ ਉਦੋਂ ਕਿਹਨੂੰ ਮਿਲਣ ਗਏ ਸੀ ਆਪਣੇ ਦੋਸਤ ਨੂੰ ਮਿਲਣ ਗਏ ਸੀ ਸੀਐਮ ਨੂੰ ਮਿਲਣ ਗਏ ਸੀ ਜਦੋਂ ਮਿਲੇ ਆਪਣੇ ਦੋਨੋਂ ਸੀਐਮ ਦੇਖਿਆ ਵੀ ਐ ਸੀਐਮ ਨੂੰ ਕੀ ਫੀਲ ਹੋਇਆ ਦੇਖੋ ਜੀ ਮੈਂ ਤਾਂ ਉਹਨਾਂ ਨੂੰ ਇੱਕ ਦੋਸਤ ਨੂੰ ਹੀ ਮਿਲਣ ਜਾਊਂਗਾ ਜਦੋਂ ਵੀ ਜਾਊਂਗਾ ਮੈਂ ਸੀਐਮ ਨੂੰ ਕਦੇ ਵੀ ਨਹੀਂ ਮਿਲਣ ਜਾਊਂਗਾ ਕਿਉਂਕਿ ਉਹਦੇ ਚ ਹੀ ਸਵਾਦ ਹੈ ਤੇ ਸੀਐਮ ਨੂੰ ਪੂਰੀ ਦੁਨੀਆ ਮਿਲਦੀ ਹੈ ਪਰ ਦੋਸਤ ਨੂੰ ਦੋਸਤੀ ਮਿਲਦੀ ਹੈ ਹਾਂਜੀ ਅੱਛਾ ਦੋਸਤ ਸੀਐਮ ਬਣ ਗਿਆ ਜਦ ਹੁਣ ਕਿੰਨਾ ਮਾਣ ਫੀਲ ਹੋ ਰਿਹਾ ਕਿ ਯਾਰ ਸਾਡਾ ਦੋ ਸਾਡੇ ਨਾਲ ਉੱਠਦੇ ਵੜਦੇ ਸੀਐਮ ਦਾ ਉਹਦਾ ਛੋਟਾ ਨਹੀਂ ਉਹਦਾ ਬਹੁਤ ਵੱਡਾ ਹੁੰਦਾ ਜੀ ਬਹੁਤ ਖੁਸ਼ੀ ਹੈ ਜੀ ਇਤੋਂ ਵੱਡਾ ਮਾਣ ਸਨਮਾਨ ਹੋਰ ਕੀ ਹੋ ਸਕਦਾ ਵੀ ਸਾਡੇ ਯਾਰ ਨੂੰ ਸਾਡੇ ਭਰਾ ਨੂੰ ਐਡੀ ਵੱਡੀ ਪਦਵੀ ਤੇ ਲੋਕਾਂ ਨੇ ਬਿਠਾਇਆ ਔਰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਤੇ ਉਹ ਤਾਂ ਝਾੜੂ ਦੀ ਝਾੜੂ ਫੇੜਨਾ ਤੇ ਵੈਕਿਊਮ ਹੀ ਫੇੜਦਾ ਬਿਲਕੁਲ ਜੀ ਝਾੜੂ ਦੀ ਜਗ੍ਹਾ ਵੈਕਿਊਮ ਕਲੀਨਰ ਫੇਰਦਾ ਉਹ ਉਹਨਾਂ ਨੂੰ ਕਿਵੇਂ ਸਪੋਰਟ ਕਰੋਗੇ ਤੇ ਕਿਹੜੀ ਚੀਜ਼ਾਂ ਉਹਨਾਂ ਨੂੰ ਕੋਈ ਚੀਜ਼ਾਂ ਪੋਲਿਟਿਕਲ ਗੱਲਾਂ ਉਹਨਾਂ ਨਾਲ ਕਰੋਗੇ ਵੀ ਇੱਥੇ ਇਹ ਸੁਧਾਰ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਦੇਖੋ ਵੈਸੇ ਤਾਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਉਹ ਆਪ ਹੀ ਇੰਨੇ ਸਿਆਣੇ ਨੇ ਪਰ ਕਈ ਵਾਰੀ ਕੋਈ ਚੀਜ਼ਾਂ ਨਹੀਂ ਹੁੰਦੀਆਂ ਕੰਪਰੋਮਾਈਜ਼ੇ ਰਹਿ ਜਾਂਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਸਲਾਹ ਦੇਵਾਂਗੇ ਪੰਜਾਬੀ ਇੰਡਸਟਰੀ ਲਈ ਕੀ ਕਰਾਉਣਾ ਚਾਹੁੰ ਕਿਉਂਕਿ ਰਿਬੇਟ ਦੀ ਘਰੌਲਾ ਹੁੰਦਾ ਕਿ ਰਿਬੇਟ ਆਪਾਂ ਨੂੰ ਪੰਜਾਬ 'ਚ ਸ਼ੂਟਿੰਗ ਕਰਨ ਦੀ ਰਿਬੇਟ ਨਹੀਂ ਮਿਲਦੀ ਬਾਕੀ ਕਾਫੀ ਜਗ੍ਹਾ ਮਿਲਦੀ ਆ ਤਾਂ ਉਹ ਚੀਜ਼ ਤੇ ਵੀ ਡਿਸਕਸ਼ਨ ਆ ਇਹਦੇ ਤੇ ਵੀ ਹੋਊਗੀ ਬਟ ਇੰਡਸਟਰੀ ਦੇ ਵਿੱਚ ਜਿਹੜਾ ਇੱਥੇ ਫਿਲਮ ਸਿਟੀ ਦਾ ਅਸੀਂ ਉਹਨਾਂ ਨੂੰ ਪਹਿਲਾਂ ਹੀ ਪਤਾ ਕਿਹਾ ਵੀ ਹੋਇਆ ਜਦੋਂ ਮੁੱਖ ਮੰਤਰੀ ਨਹੀਂ ਵੀ ਸਨ ਤੇ ਸ਼ਾਇਦ ਇੰਡਸਟਰੀ ਵਾਸਤੇ ਕਾਫੀ ਕੁਝ ਕਰਨਗੇ ਕਿਉਂਕਿ ਉਹ ਆਪ ਇੱਕ ਆਰਟਿਸਟ ਨੇ ਆ ਵਧੀਆ ਹੀ ਹੋਊਗਾ ਜੋ ਵੀ ਹੋਇਆ ਜਦੋਂ ਪ੍ਰੈਡਿਕਸ਼ਨ ਕੀਤੀ ਸੀ ਉਦੋਂ ਕਿਹੜੀ ਗੱਲ ਸੀ ਦਿਮਾਗ 'ਚ ਜੋ ਪ੍ਰੈਡਿਕਸ਼ਨ ਉਹਨਾਂ ਨੂੰ ਦੁਨੀਆ ਭਰ ਦੀ ਨੌਲੇਜ ਦੁਨੀਆ ਭਰ ਦੀ ਪੋਲਿਟਿਕਸ ਦੁਨੀਆ ਭਰ ਦੇਆਂ ਖੇਡਾਂ ਹਨਾ ਦੁਨੀਆ ਭਰ ਦੇ ਵੱਡੇ ਵੱਡੇ ਬੰਦਿਆਂ ਬਾਰੇ ਵੀ ਉਹ ਕਿਵੇਂ ਕਿੱਥੋਂ ਉੱਠਿਆ ਕਿੱਥੇ ਗਿਆ ਕਦੋਂ ਡੈਥ ਹੋਈ ਕਦੋਂ ਜੰਮਿਆ ਉਹ ਗੱਲਾਂ ਸੋਚ ਕੇ ਜਾਂ ਲੋਕਾਂ ਪ੍ਰਤੀ ਉਹਦਾ ਪਿਆਰ ਦਰਦ ਤੇ ਉਹ ਦੇਖ ਕੇ ਮੈਨੂੰ ਲੱਗਦਾ ਸੀ ਵੀ ਨੇਤਾ ਬਣਨਾ ਚਾਹੀਦਾ ਔਰ ਬਣੋਗਾ ਵੀ ਅੱਛਾ ਉਹ ਤਾਂ ਬਣ ਗਏ ਸੀਐਮ ਬਣ ਗਏ ਹੁਣ ਕਰਮਜੀਤ ਦਾ ਕੁਝ ਹੈ ਸੋਚਣਾ ਕਿ ਮੈਂ ਵੀ ਪੋਲਿਟਿਕਸ ਜਾਵਾਂ ਹੋਰ 5 ਸਾਲ ਬਾਅਦ ਇਹ 6 ਸਾਲ ਬਾਅਦ ਨਹੀਂ ਜੀ ਅਜੇ ਤੱਕ ਤਾਂ ਕੁਝ ਨਹੀਂ ਸੋਚਿਆ ਕਿਉਂਕਿ ਸਾਡਾ ਭਰਾ ਬਣ ਗਿਆ ਉਹੀ ਲੱਖਾਂ ਵਰਗਾ ਇੱਕ ਹੈ ਤੇ ਮੇਰਾ ਜੀ ਕੋਈ ਸਿਆਸਤ ਦੇ ਵਿੱਚ ਹੈ ਨਹੀਂ ਅੱਛਾ ਜਦੋਂ ਉਹਨਾਂ ਤੇ ਟੈਗ ਲਾਏ ਗਏ ਸ਼ਰਾਬੀ ਕਿ ਆ ਗਿਆ ਹੋਰ ਉਦੋਂ ਕੀ ਗੱਲਾਂ ਉਦੋਂ ਕੀ ਤੁਸੀਂ ਕਹਿੰਦੇ ਸੀ ਉਹਨਾਂ ਨੂੰ ਨਾਲ ਇੱਕ ਉਹ ਵੀ ਬੰਨ ਰਿਹਾ ਸੀ ਕਹਿੰਦੇ ਜਿਆਦਾ ਸ਼ਰਾਬੀ ਸ਼ਰਾਬੀ ਨਾ ਕਹੋ ਜੇ ਸ਼ਰਾਬਿਆਂ ਨੇ ਹੀ ਵੋਟ ਬਾਤੀ ਉਹਨੇ ਹੀ ਜਿਤਾ ਦਿੱਤਾ ਬਿਲਕੁਲ ਜੀ ਉਹੀ ਗੱਲ ਹੋਈ ਹੈ ਕਿ ਲੋਕ ਪਿਆਰ ਹੀ ਇਹਨਾਂ ਕਰਦੇ ਸੀ ਜਿੱਥੇ ਵੀ ਤੁਸੀਂ ਪਿਛਲੀਆਂ ਕੋਈ ਵੀ ਕੋਈ ਤੁਹਾਡੇ ਵਰਗੇ ਤੁਸੀਂ ਵੀ ਗਏ ਹੋਵੋਗੇ ਕਿਸੇ ਪਿੰਡ ਦੇ ਵਿੱਚ ਵੀ ਉਹ ਸ਼ਰਾਬੀ ਹੈ ਤਾਂ ਲੋਕਾਂ ਨੇ ਉਹਨਾਂ ਨੂੰ ਹੀ ਗਾਲਾਂ ਕੱਢੀਆਂ ਨੇ ਵੀ ਕੌਣ ਨਹੀਂ ਪੀਂਦਾ ਸ਼ਰਾਬ ਹੈ ਨਾ ਤੇ ਲੋਕਾਂ ਨੇ ਉਹਨਾਂ ਦੇ ਹੱਕ ਜਫਤਬਾ ਦੇ ਕੇ ਸਾਰਿਆਂ ਦੇ ਮੂੰਹ ਬੰਦ ਕਰਤੇ ਤਨ ਲੱਗਦਾ ਵੀ ਬਹੁਤ ਚੰਗਾ ਹੋਣ ਵਾਲਾ ਪੰਜਾਬ ਲਈ ਕਿੰਨੇ ਕੁ ਉਮੀਦ ਹੈ ਬਿਲਕੁਲ ਜੀ 100% ਉਮੀਦ ਹੈ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਚੰਗਾ ਹੋਗਾ ਕੀ ਬੋਲਿਆ थैंक यू ਸੋ ਮਚ ਬਲ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆਡੀਅנס ਬਸ ਇਹੀ ਹੈ ਕਿ ਯਕੀਨ ਰੱਖਿਓ ਮਾਨ ਸਾਹਿਬ ਬਹੁਤ ਵਧੀਆ ਪੰਜਾਬ ਦੇ ਲਈ ਲੈ ਕੇ ਆ ਰਹੇ ਨੇ ਔਰ ਬਹੁਤ ਕੁਝ ਵਧੀਆ ਹੋਣ ਵਾਲਾ ਔਰ ਪੰਜਾਬ ਦੇ ਵਿੱਚ ਖੁਸ਼ਹਾਲੀ ਆਉਣ ਵਾਲੀ ਆਪਾ ਬਦਰ ਥੈਂਕ ਯੂ ਸੋ ਮਚ ਏ ਸੀਗੇ ਸਾਡੇ ਨਾ ਕਰਮਜੀਤ ਅਨਮੋਲ ਜੀ ਹੁਣ ਦੇਖਦੇ ਆ ਅੱਗੇ ਕੀ ਹੋਊਗਾ ਆਮ ਆਦਮੀ ਪਾਰਟੀ ਕਿੰਨਾ ਵਿਕਾਸ ਕਰਦੀ ਹੈ ਤੇ ਕੀ ਸਪੋਰਟ ਸਾਰਿਆਂ ਦੀ ਰਹਿਣ ਵਾਲੀ ਹੈ